ਜਿਵੇਂ ਕਬੱਡੀ ਦੇਖਦੇ ਹੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਹਰ ਰੋਜ਼ ਤੁਹਾਡੇ ਤੱਕ ਨਵੀਆਂ ਕਬੱਡੀ ਰਿਲੇਟਡ ਵੀਡੀਓ ਲੈ ਕੇ ਆਉਂਦੇ ਹਾਂ। ਜਿਸ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਲੈ ਕੇ ਆ ਘਣੀ ਕੇ ਬਾਂਗਰ, ਇਹ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ 'ਤੇ ਪੈਂਦਾ ਪਿੰਡ ਹੈਗਾ, ਜਿੱਥੇ ਕਬੱਡੀ ਆਲ ਓਪਨ ਦਾ ਮੈਚ ਕਰਵਾਏ ਗਏ ਅਤੇ ਫਾਈਨਲ ਰਿਜ਼ਲਟ ਇਸ ਪ੍ਰਕਾਰ ਹੈ ਕਿ ਪਹਿਲਾ ਸਥਾਨ ਪਿੰਡ ਸੁਰਖਪੁਰ ਦੀ ਟੀਮ ਨੇ ਪ੍ਰਾਪਤ ਕੀਤਾ, ਜਿਸ ਨੇ 81,000 ਰੁਪਇਆ ਫਸਟ ਪ੍ਰਾਈਜ਼ ਪ੍ਰਾਪਤ ਕੀਤਾ, ਜਿਹਦੇ ਪੁਆਇੰਟਸ ਹਨ 58.5। ਅਤੇ ਦੂਸਰਾ ਪੁਆਇੰਟ ਕੀ ਤਾਂ ਗੁਰਦਾਸਪੁਰ ਲਾਇਨਸ ਨੇ, ਜਿਸ ਨੂੰ 61,000 ਰੁਪਏ ਪ੍ਰਾਈਜ਼ ਦਿੱਤਾ ਗਿਆ ਅਤੇ ਉਸਦੇ ਪੁਆਇੰਟ ਸਨ 40। ਅਤੇ ਬੈਸਟ ਰੇਡਰ ਅਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਜੱਸਾ ਭਾਨਾ ਅਤੇ ਬੁਲਟ ਵਾਲਾ ਜੁਆਇੰਟ ਰਹੇ, ਜਿਨ੍ਹਾਂ ਨੇ 15-15 ਕਬੱਡੀਆਂ ਪਾ ਕੇ 13 ਪੁਆਇੰਟ ਪ੍ਰਾਪਤ ਕੀਤੇ। ਜਦਕਿ ਬੈਸਟ ਜਾਫੀ ਰਿਹਾ ਸੁਰਲੀ ਖੀਰਮਵਾਲ, ਜਿਸ ਨੇ 13 ਰਜਾਂ 'ਚੋਂ 6 ਜਾਫੀ ਲਾਏ ਅਤੇ ਬੈਸਟ ਨੂੰ ਜੀ 31,000 ਸੀ। ਹੁਣ ਸੁਰਖਪੁਰ ਵਿੱਚ ਖੇਡਦੇ ਪਲੇਅਰਾਂ ਦੀ ਗੱਲ ਕਰੀਏ, ਸੁਰਖਪੁਰ ਵਿੱਚ ਖੇਡਦੇ ਸੀ ਮੱਖਣ ਮੱਖੀ, ਜਾਦਾ ਸੁਰਖਪੁਰ, ਜੋਧਾ ਸੁਰਖਪੁਰ, ਬੁਲਟ ਖੀਰਮਵਾਲ, ਜੋਤਾ ਮਹਿਮਦਵਾਲ, ਜੱਸਾ ਭਾਨਾ, ਰੀਤਾ ਸੂਸਿਕ, ਸ਼ੰਕਰ ਸਾਧਮਾ, ਸੁਰਲੀ ਖੀਰਾਵਾਲ, ਅਮਨ ਪੱਤੜ, ਗਿੰਨੀ ਮਹਿਮਦਵਾਲ। ਜਦਕਿ ਗੁਰਦਾਸਪੁਰ ਦੇ ਵਿੱਚ ਖੇਡਦੇ ਸੀ ਰਮਨ ਮੱਲੀਆਂ, ਫਰਿਆਦ ਅਲੀ, ਸੁਨਿਆਰਾ ਤਲਵੰਡੀ ਚੌਧਰੀ, ਜੀਤਾ ਤਲਨ, ਬਿੱਲੇ ਢੋਡੇ, ਤਾਰੀ ਖੀਰਾਵਾਲ, ਗੱਗੀ ਖੀਰਾਵਾਲ, ਨਾਟ ਟੋਡ, ਸਪਾਰ ਆਦਿ। ਦੋਸਤੋ ਜਾਣਕਾਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ।